ਸਿਕਲ ਸਾਰਿਆਂ ਨੂੰ ਰਾਸ ਟੇਸਟੀ ਕੁਜ਼ਿਨ ਵਿੱਚ ਤੁਹਾਡਾ ਸਵਾਗਤ ਹੈ ਅੱਜ ਮੈਂ ਬਣਾਉਣ ਜਾ ਰਹੀਆਂ ਮਿਲ ਕੇ ਇੱਕ ਬਰਫੀ ਬਹੁਤ ਹੀ ਇਜ਼ੀਆ ਬਣਾਣੀ ਸਿਰਫ ਦੋ ਇਨਗਰੀਡੀਐਂਟ ਚਾਹੀਦੇ ਆਪਾਂ ਨੂੰ ਇਹ ਬਰਫੀ ਬਣਾਉਣ ਦੇ ਲਈ ਚਲੋ ਆਪਾਂ ਬਣਾਉਣੀ ਸ਼ੁਰੂ ਕਰਦੇ ਆ ਬਰਫੀ ਪੈਨ ਦੇ ਵਿੱਚ ਆਪਾਂ ਹਾਫ ਕੱਪ ਮਿਲਕ ਲੈ ਲੈਨੇ ਆ ਇੱਕ ਟੇਬਲस्पून ਦੈਸੀ ਘਿਓ ਮਿਕਸ ਕਰ ਲੈਨੇ ਆ ਤੇ ਥੋੜਾ ਜਿਹਾ ਇਹਨੂੰ ਆਪਾਂ ਗਰਮ ਹੋਣ ਦਿੰਨੇ ਆ ਕਿ ਉਹ ਮੈਲਟ ਹੋ ਗਿਆ ਇਹਦੇ ਵਿੱਚ ਆਪਾਂ ਪਨੀਰ ਪਾ ਦਨੇ ਆ ਹਾਫ ਲੀਟਰ ਮਿਲਕ ਦਾ ਹੈ ਪਨੀਰ ਬਣਾਇਆ ਸੀਗਾ ਮੈਂ ਥੋੜਾ ਜਿਹਾ ਆਪਾਂ ਇਹਨੂੰ ਪੁੰਨ ਲੈਣਾ ਜੋ ਜਦੋਂ ਦੁੱਧ ਸੁੱਕ ਗਿਆ ਥੋੜਾ ਜਿਹਾ ਫਿਰ ਆਪਾਂ ਇਹਦੇ ਵਿੱਚ ਕੰਡੈਂਸਡ ਮਿਲਕ ਯੂਜ਼ ਕਰਨਾ ਹੈ ਹਾਫ ਕੱਪ ਕੰਡੈਂਸਡ ਮਿਲਕ ਯੂਜ਼ ਕੀਤਾ ਹੈ ਮੈਂ সুইਟਨ ਡਿਆ ਹੈ ਇਹਦੇ ਵਿੱਚ ਆਲਰੇਡੀ 슈ਗਰ ਹੈਗੀ ਆ ਆਪਾਂ ਨੂੰ 슈ਗਰ ਪਾਉਣ ਦੀ ਜ਼ਰੂਰਤ ਨਹੀਂ ਇਹਦੇ ਵਿੱਚ ਦੋਨੋਂ ਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਹੈ ਆਪਾਂ ਕਾਫੀ ਹੱਦ ਤੱਕ ਮਿਲਕ ਜਿਹੜਾ ਸੁੱਕ ਚੁੱਕਾ ਆ ਡਰਾਈ ਹੋ ਗਿਆ ਆ ਹੁਣ ਆਪਾਂ ਗੈਸ ਬੰਦ ਕਰ ਦੇਣਾ ਆ ਤਾਂ ਇਹਨੂੰ ਇੱਕ ਪਲੇਟ ਦੇ ਵਿੱਚ ਕੱਢ ਲੈਣਾ ਆ ਮੈਂ ਟ੍ਰੇ ਦੇ ਵਿੱਚ बेकिंग पेपर लगाया हुआ है ये थोड़ा जहा घ्यो लगावे थोड़े जे पिस्टाचूज आप देने कट के पाए हैं मैं चॉप करके स्प्रैड कर दे देते बर्फी ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਆ ਤਾਂ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਕਰ ਦੇਈਓ ਤੇ ਜਿਹੜੇ ਚੈਨਲ ਤੇ ਨਵੇਂ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦੇਈਓ ਤੇ ਬੈਲ ਆਈਕਨ ਨੂੰ ਵੀ ਦਬਾ ਦੇਈਓ ਮੇਰੀ ਨੈਕਸਟ ਵੀਡੀਓ ਦੀ ਨੋਟੀਫਿਕੇਸ਼ਨ ਦੇ ਲਈ ਬਰਫੀ ਰੈਡੀ ਆ ਇਹਨੂੰ ਆਪਾਂ ਪਲੇਟ ਦੇ ਵਿੱਚ ਕੱਢ ਲੈਣਾ ਆ ਪਲੇਟ 'ਚ ਕੱਟ ਕੇ ਆਪਾਂ ਇਹਦੀਆਂ ਟੁਕੜੀਆਂ ਕੱਟ ਲੈਣੀਆਂ ਸਲਾਈਸਸ ਪੀਸਸ ਜਿੱਦਾਂ ਦੇ ਵੀ ਤੁਸੀਂ ਚਾਹੋ ਜੇ ਤੁਸੀਂ ਥਿੱਕ ਵਾਲੇ ਬਣਾਉਣੇ ਆ ਤਾਂ ਤੁਸੀਂ ਥੋੜਾ ਛੋਟਾ ਭਾਂਡਾ ਯੂਜ਼ ਕਰ ਸਕਦੇ ਆ ਮੈਂ ਥੋੜੇ ਥੰਨ ਵਾਲੇ ਸਲਾਈਸਿਸ ਕੱਟਿਆ ਇਹਦੇ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦੇਈਓ ਮਿਲਦੇ ਆ ਨੈਕਸਟ ਵੀਡੀਓ ਵਿੱਚ ਥੈਂਕ ਯੂ ਸੋ ਮੱਚ ਬਾਏ